ਦੇ ਵਿੱਚੋਂ ਪ੍ਰਾਪਤੀਆਂ ਬਹੁਤ ਹੋਈਆਂ, ਕਿਸੇ ਗੱਲ ਦੀ ਕਮੀ ਨਹੀਂ ਰਹੀ ਦੋਨਾਂ ਸਾਡੇ ਪਰਿਵਾਰਾਂ ਨੂੰ। ਸੋ ਮੈਂ ਧੰਨਵਾਦ ਕਰਨ ਦੇ ਨਾਲ ਨਾਲ ਮੇਰੀ ਡਿਊਟੀ ਮਾਂ ਸਾਹਿਬ ਨੇ ਇਹ ਲਾਈ ਹੈ ਕਿ ਅਸੀਂ ਕੁਝ ਰੰਗ ਤੁਹਾਡੇ ਨਾਲ ਸਾਂਝਾ ਕਰ ਸਕੀਏ। ਪਾਪਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਉਣ ਅਤੇ ਸਭ ਤੋਂ ਪਹਿਲਾਂ ਬਾਪੂ ਜੀ ਦੀ ਲਿਖੀ ਕਵਿਤਾ ਗਾਈ ਤਾਂ ਬਹੁਤ ਲੋਕਾਂ ਨੇ ਆ, ਪਰ ਜਿਵੇਂ ਕਈ ਦਸਤਾਨੇ ਖਾਸ ਤੌਰ 'ਤੇ ਬਣਾਏ ਹੁੰਦੇ ਕਿਸੇ ਸੱਜਣ ਲਈ ਮੇਜ ਦੇ ਕੇ, ਔਰ ਮੈਂ ਮਹਿਸੂਸ ਕਰਦਾ ਕਿ ਬਾਪੂ ਜੀ ਦੀ ਕਵਿਤਾ ਖਾਸ ਤੌਰ 'ਤੇ ਬਾਪੂ ਜੀ ਨੇ ਪਾਪਾ ਜੀ ਦੇ ਗਲੇ ਵਾਸਤੇ ਹੀ ਬਣਾਈ ਹੈ। ਔਰ ਸਭ ਤੋਂ ਪਹਿਲਾਂ ਚਾਰ ਲਾਈਨਾਂ ਪਾਪਾ ਜੀ ਗਾਉਣਗੇ ਜਿਹੜੀਆਂ ਸ਼ੁਰੂਆਤ ਬਾਪੂ ਜੀ ਨੇ ਸ਼ੁਰੂ ਕਰਵਾਈ ਸੀ। ਰਿਸ਼ਪਾਲ ਜੀ ਨੂੰ ਮੈਂ ਬੇਨਤੀ ਕਰਦਾ ਉਹ ਵੀ ਆ ਜਾਣ, ਡਾਕਟਰ ਰਿਸ਼ਪਾਲ ਅਸੀਂ ਥੋੜ੍ਹਾ ਸਾਥ ਦੇਵਾਂਗੇ, ਮਗਰ ਇਕਬਾਲ ਹੋਣਾ ਨੇ ਵੀ ਦੇਣਾ ਸੀ ਪਰ ਉਹ ਥੋੜ੍ਹੇ ਜਿਹੇ ਢਿੱਲੇ ਆ ਸਿਹਤ ਪੱਖੋਂ। ਉਹ ਲਾਈਨਾਂ ਜਿਹੜੀਆਂ ਬਾਪੂ ਜੀ ਗਵਾਉਂਦੇ ਹੁੰਦੇ ਸੀ ਪਾਪਾ ਜੀ ਤੋਂ ਇਕੱਲੀਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਾਪਾ ਜੀ। ਪਹਿਲਾਂ ਚਾਰ ਲਾਈਨਾਂ ਕਿ ਆਪਣੇ ਪਿਛੋਕੜ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ, ਇਸ ਕਿਉਂ ਦਾ ਜਵਾਬ ਸਾਈਨ ਆਫ ਇੰਟੈਰੋਗੇਸ਼ਨ। ਆਪਾਂ ਇੱਥੇ ਅਜੇ ਸਮਾਗਮ ਮਨਾ ਰਹੇ ਹਾਂ, ਗੁਰਦੁਆਰਿਆਂ 'ਚ, ਮੰਦਰਾਂ 'ਚ, ਮਸਜਿਦਾਂ 'ਚ ਆਪਣੇ ਹੈਰੀਟੇਜ ਨੂੰ ਯਾਦ ਕਰਦੇ ਹਾਂ, ਇਹਦੀ ਜ਼ਰੂਰਤ ਕੀ ਹੈ, ਇਹਦੀ ਲੋੜ ਕੀ ਹੈ, ਇਹਦੀ ਇੰਪੋਰਟੈਂਸ ਕੀ ਹੈ, ਉਹਦੇ ਉੱਤੇ ਚਾਰ ਲਾਈਨਾਂ ਪਾਪਾ ਜੀ ਤੁਹਾਡੇ ਨਾਲ ਸਾਂਝੀਆਂ ਕਰਨਗੇ। ਫਿਰ ਅਸੀਂ ਦੋ ਤਿੰਨ ਕਵਿਤਾਵਾਂ ਕਵਾਂਗੇ ਛੋਟੀ ਛੋਟੀ। ਚਾਚੀ ਹੈ, ਸਾਡੇ ਪਿੰਡ ਵਿਆਹੀ ਹੈ, ਉਹ ਕਹਿੰਦੀ ਇੱਕ ਦਿਨ ਮੈਨੂੰ ਸਵੇਰੇ ਸਵੇਰੇ ਮੈਂ ਜਾਵਾਂ ਦਾਤਣ ਜੀ ਕਰਦਾ ਫੜ ਕੇ, ਕਹਿੰਦੀ ਸਤਿੰਦਰਪਾਲ ਇੱਕ ਗੱਲ ਦੱਸਾਂ। ਮੈਂ ਹਾਂ ਚਾਚੀ ਕੀ ਹੈ? ਨਾਲੇ ਮੈਂ ਮਾਸੀ ਕਹਿ ਕੇ ਮੱਥਾ ਟੇਕਦਾ, ਦੂਰੀ ਸਗੀਰੀ ਸੀ ਨਾ। ਕਹਿੰਦੀ ਤੇਰਾ ਪਾਪਾ ਜਦੋਂ ਆਏ ਕਰਕੇ ਕਰਦਾ ਨਾ ਇਸ਼ਾਰਾ ਜਿਹਾ, ਉਦੋਂ ਕਾਲ ਜੇ ਮੈਂ ਰੁੱਗ ਭਰਿਆ ਜਾਂਦਾ। ਇਹ ਅੰਦਾਜ਼ ਹੈ, ਔਰ ਪਾਪਾ ਜੀ ਦਾ ਅੰਦਾਜ਼ ਬਹੁਤ ਪਿਆਰਾ ਸੀ। ਜਦੋਂ ਲਿਖਣਾ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ, ਇਹ ਅੰਦਾਜ਼ ਬਹੁਤ ਪਿਆਰਾ। ਸੋ ਪਹਿਲੀ ਕਵਿਤਾ ਜੀ ਨੇ ਬਾਪੂ ਜੀ ਦੇ ਪਾਰਸ ਸਾਹਿਬ ਨੂੰ ਤੇ ਸਰਦਾਰ ਰਣਜੀਤ ਸਿੰਘ ਸਿਧਵਨ ਨੂੰ ਘਰ ਘਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਕੀਤਾ ਉਹ ਹੈ ਹੁਣ ਜਿਹਦਾ ਜ਼ਿਕਰ ਭਾਰਤੀ ਜੀ ਨੇ ਕੀਤਾ ਸੀ। ਛੋਟੇ ਸਾਹਿਬਜ਼ਾਦੇ ਹੱਥਾਂ ਵਿੱਚ ਅਤਕੜੀਆਂ, ਪੈਰਾਂ ਵਿੱਚ ਬੇੜੀਆਂ, ਉਹਨਾਂ ਨੂੰ ਪੁਲਿਸ ਫੜੀ ਜਾਂਦੀ ਹੈ ਤੇ ਕੁੜੀਆਂ ਖੂਹ ਉੱਤੇ ਪਾਣੀ ਭਰਦੀਆਂ ਕਿਉਂਕਿ ਔਰਤ ਦਾ ਦਿਲ ਨਰਮ ਹੁੰਦਾ ਔਰ ਹਾਂ ਦਾ ਨਾਰਾ ਮਾਰਦੀਆਂ। ਇੱਕ ਗੱਲ ਕਹਿੰਦੀਆਂ ਬਲ ਸਾਹਿਬ, ਉਹ ਕਹਿੰਦੀਆਂ ਕੁੜੇ ਇਹ ਛੋਟੇ ਬੱਚੇ ਆ, ਨਾ ਇਹ ਚੋਰ ਲੱਗਦੇ ਆ, ਨਾ ਇਹ ਡਾਕੂ ਲੱਗਦੇ ਆ, ਨਾ ਇਹ ਧਾੜਵੀ ਲੱਗਦੇ ਆ, ਨਾ ਇਹ ਕਾਤਲ ਲੱਗਦੇ ਆ, ਨਾ ਇਹ ਹਥਿਆਰੇ ਲੱਗਦੇ ਆ, ਨਾ ਇਹ ਅੱਤਵਾਦੀ ਲੱਗਦੇ ਆ, ਨਾ ਇਹ ਵੱਖਵਾਦੀ ਲੱਗਦੇ ਆ, ਇਹਨਾਂ ਨੂੰ ਫਿਰ ਵੀ ਪੁਲਿਸ ਕਿਉਂ ਫੜੀ ਜਾਂਦੀ ਹੈ ਛੋਟੇ ਛੋਟੇ ਬੱਚਿਆਂ ਨੂੰ? ਚਾਰ ਲਾਈਨਾਂ ਇਹਦੀਆਂ, ਤਿੰਨ ਚਾਰ ਲਾਈਨਾਂ ਹੋਰ ਤੇ ਫਿਰ ਇੱਕ ਮਿਰਜ਼ੇ ਦੀ, ਉਦੋਂ ਬਾਅਦ ਸਮਾਪਤੀ। ਕਿਉਂ ਪਕੜੇ ਮਾਸੂਮਾਂ ਨੂੰ ਨੀਏ ਲਈ ਪੁਲਸੀਏ ਜਾਂਦੇ, ਤੱਕ ਨੂਰ ਇਲਾਹੀ ਨੂੰ ਨਿਊ ਨੂੰ ਪਰਬਤ ਸੀਸ ਨਮੰਦੇ, ਨਾਲ ਹਕੂਮਤ ਦੇ ਇਹਨਾਂ ਦੀ ਕੀ ਪਈ ਮਰੋਲੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋਲੀ, ਸਮਝਣ ਵਿੱਚ ਆਉਂਦੀ ਨਾ ਗਲਤੀ ਕਰ ਬੈਠੇ ਕਾਲੀ, ਉਹ ਪੂਜਣ ਯੋਗ ਮਾਤਾ ਹੋਊ ਜਾਂ ਨਾਨੀ ਜਾਂ ਦਾਦੀ, ਮਨਮੋਣੀ ਰੂਹਾਂ ਤੇ ਤਰਸ ਨਾ ਕਰਦੇ ਹਾਕਮ ਕੋਲੀ, ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋਲੀ, ਹੈ ਫੁੱਲ ਬਰਸਾ ਰਹੀਆਂ ਪਰੀਆਂ ਸੁਰਜਾਂ ਵਿੱਚੋਂ ਖੜੀਆਂ
ਲਈ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਤੱਕ ਕੇ ਤੇ ਸ਼ਕਲਾਂ ਨੂੰ ਯੂਸਫ ਡਿੱਗਦਾ ਬਾਏ ਦੇਣੇ ਅੱਖੀਆਂ ਦੀ ਜੋਤ ਅੱਗੇ ਜਾਂਦੇ ਸੂਰਜ ਚੰਦ ਗ੍ਰਹਿਣੇ ਅੰਨਾ ਜਿਹੀਆਂ ਬੁੱਲੀਆਂ ਤੇ ਰਹੀਆਂ ਹੱਸ ਦੀਵਾਲੀ ਲੋਹੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਆਪਣੀਆਂ ਅੱਖਾਂ ਚੋਂ ਆਪਣੀਆਂ ਅੱਖਾਂ ਚੋਂ ਹੰਝੂ ਰਹਿਣ ਮੱਲੋ ਮਲ ਚੋਂਦੇ ਆਪਣੀਆਂ ਅੱਖਾਂ ਚੋਂ ਹੰਝੂ ਮੱਲੋ ਮੱਲੀ ਕਿਰਦੇ ਬਾਹਰੋਂ ਥਿੜਕ ਰਹੇ ਅੰਦਰੋਂ ਕੰਬੀ ਜਾਂਦੇ ਹਿਰਦੇ ਪਰਿਵਾਰਕ ਡਾਰ ਵਿੱਚੋਂ ਜਾਂਦੇ ਹੀਰੇ ਹਰਨ ਵਿਛੋੜੀ ਦੋਵੇਂ ਹੀਰੇ ਹਰਨ ਵਿਛੋੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ ਇੱਕ ਰੰਗ ਹੁੰਦਾ ਸੀ ਇਹਨਾਂ ਦੀ ਗਾਇਕੀ ਦਾ ਜਦੋਂ ਬਹੁਤ ਵੱਡਾ ਕੱਟ ਉਦੋਂ ਹੁੰਦਾ ਸੀ ਬਿਨਾਂ ਸਪੀਕਰਾਂ ਤੋਂ ਪ੍ਰੋਗਰਾਮ ਲੱਗਦੇ ਸੀ ਚਾਚਾ ਜੀ ਨਾਜਰ ਸੁਣਾ ਨੂੰ ਯਾਦ ਹੋਣਾ ਬਿਨਾਂ ਸਪੀਕਰਾਂ ਤੋਂ ਔਰ ਵੱਡੇ ਵੱਡੇ ਮੇਲੇ ਲੱਗੇ ਹੁੰਦੇ ਸੀ ਅੱਜ ਵੀ ਉਹ ਮੈਂ ਕਈ ਵਾਰੀ ਵੇਖਦਾ ਜਗਰਾਵਾਂ ਦੀ ਰੋਸ਼ਨੀ ਤੇ ਅਜੇ ਵੀ ਉਸ ਤਰ੍ਹਾਂ ਬਿਨਾਂ ਸਪੀਕਰ ਤੋਂ ਬਹੁਤ ਸਾਰੇ ਕਲਾਕਾਰ ਗਾਉਂਦੇ ਆ ਮਾਨ ਸਾਹਿਬ ਉਦੋਂ ਹੁੰਦਾ ਸੀ ਜਿਵੇਂ ਇਕਬਾਲ ਜੀ ਨੇ ਕਿਹਾ ਕਿ ਗਲੇ ਦੇ ਜ਼ੋਰ ਤੇ ਜਿਹੜਾ ਖਾੜਾ ਦੂਜੇ ਦਾ ਪੱਟ ਗਿਆ ਪੱਟ ਗਿਆ ਐ ਮੇਲਾ ਲੱਗਿਆ ਹੁੰਦਾ ਸੀ ਇੱਕ ਦੂਜੇ ਜਿਵੇਂ ਭੂੰਡਾ ਵਾਂਗ ਆਏ ਲੋਕ ਗਵਈਆਂ ਉੱਤੇ ਝੁੱਕੇ ਹੁੰਦੇ ਸੀ ਮੈਂ ਵੀ ਉਹ ਥੋੜ੍ਹਾ ਜਿਹਾ ਆਨੰਦ ਮਾਣਿਆ ਤੇ ਫਿਰ ਇਹਨਾਂ ਨੇ ਜਾਣਾ ਪੰਜ ਸੱਤ ਦਸ ਪੰਦਰਾਂ ਵੀਹ ਬੰਦੇ ਇਹਨਾਂ ਦੇ ਪਹਿਲਾਂ ਹੀ ਨਾਲ ਹੁੰਦੇ ਸੀ ਝੋਲੇ ਕੋਲ ਬੈਗ ਹੁੰਦੇ ਸੀਗੇ ਤੇ ਤੁਰੇ ਜਾਂਦੇ ਰਹੇ ਜਦੋਂ ਦੇਖਣਾ ਵੀ ਉਹ ਕਰਨੈਲ ਸਿੰਘ ਆ ਗਿਆ ਵੀ ਰਣਜੀਤ ਸਿੰਘ ਆ ਗਿਆ ਤੇ ਬਾਪੂ ਜੀ ਪਾਰਸ ਨੇ ਕਹਿਣ ਲੱਗੇ ਵੀ ਰਣਜੀਤ ਜਿੱਧਰ ਨੂੰ ਖਾੜਾ ਲੱਗਿਆ ਪਹਿਲਾਂ ਗਾਉਣ ਵਾਲੇ ਦਾ ਪੂਰਾ ਭਰਿਆ ਉੱਧਰ ਨੂੰ ਮੂੰਹ ਕਰਕੇ ਇੱਕ ਦੋਹਰਾ ਲਾ ਦੇ ਬਸ ਇੱਕੋ ਹੀ ਦੋਹਰਾ ਲਾਉਣਾ ਉਹ ਦੋਹਰਾ ਕਿਵੇਂ ਲਾਉਂਦੇ ਸੀ ਪਾਪਾ ਜੀ ਪਸੰਦ ਆਪੋ ਆਪਣੀ ਖਿਆਲ ਆਪੋ ਆਪਣਾ ਇਸ਼ਾਰਾ ਹੁੰਦਾ ਸੀ ਬਾਪੂ ਜੀ ਦਾ ਤੇ ਨਿਸ਼ਾਨਾ ਬੰਨ੍ਹ ਕੇ ਉਹਨਾਂ ਨੇ ਛੱਡ ਦੇਣਾ ਤੇ ਐਨ ਟਰੈਗਰ ਭੜਕ ਦੇਣੇ ਉਸੇ ਨਿਸ਼ਾਨੇ ਤੇ ਜਾ ਕੇ ਲੱਗਣੀ ਗੋਲੀ ਫਿਰ ਸਾਰਾ ਖਾੜਾ ਅੱਧੇ ਮਿੰਟ ਚ ਪੱਟਿਆ ਜਾਂਦਾ ਮੈਂ ਆਪਦੀਆਂ ਅੱਖਾਂ ਨਾਲ ਦੇਖਿਆ ਕਿਹੜਾ ਦੋਹਰਾ ਆੜ ਮੰਗੇ ਘੁਮਿਹਾਰ ਨੀ ਜੱਟ ਮੰਗੇ ਬਰਸਾਤ ਆਉਣ ਮੰਗੇ ਘੁਮਿਹਾਰ ਨੀ ਜੱਟ ਮੰਗੇ ਬਰਸਾਤ ਪੁੰਨਿਆ ਮੰਗੇ ਚਕੋਰ ਨੀ ਚਕੋਰ ਨੀ ਚਕੋਰ ਨੀ ਪਰ ਚੋਰ ਮੱਸਿਆ ਦੀ ਰਾਤ ਫਿਰ ਬਾਪੂ ਜੀ ਨੇ ਇਹਦਾ ਖੁਲਾਸਾ ਕਰਨਾ ਉਹ ਸਮਾਂ ਨੀ ਕਿ ਮੈਂ ਵੀ ਕਰਦਾ ਰਿਹਾ ਔਰ ਪਾਪਾ ਜੀ ਦੀ ਵਡੱਪਣ ਹੈ ਬਾਪੂ ਜੀ ਦੀ ਕਵੀਸ਼ਰੀ ਨੂੰ ਇਹਨਾਂ ਨੇ ਬਾਪੂ ਜੀ ਨਾਲ ਵੀ ਗਾਇਆ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਦੇ ਨਾਲ ਵੀ ਗਾਇਆ ਮੇਰੇ ਨਾਲ ਵੀ ਗਾਇਆ ਪਸ਼ਪਾਲ ਹੁਣ ਤਾਂ ਖੈਰ ਮੇਰੇ ਤੋਂ ਵੱਡੇ ਆ ਇਕਬਾਲ ਜੀ ਔਰ ਮੈਨੂੰ ਉਮੀਦ ਇਹ ਤਾਂ ਗਾਇਆ ਗਾਇਆ ਇਹਨਾਂ ਨੇ ਤਾਂ ਕਿਉਂਕਿ ਮੈਂ ਅਗਲੀ ਪੀੜ੍ਹੀ 'ਚ ਆ ਗਿਆ ਮੈਨੂੰ ਉਮੀਦ ਆ ਵੀ ਸਾਡੇ ਜਵਾਕਾਂ ਨਾਲ ਵੀ ਗਾ ਜਾਣਗੇ ਸੋ ਉਸ ਇੱਕ ਰੰਗ ਹੋਰ ਬਹੁਤ ਵਧੀਆ ਜਿਹੜਾ ਪਰਿਵਾਰ ਦੇ ਮੋਹ ਦਾ ਰੰਗ ਦੇਸ਼ ਦੀ ਆਜ਼ਾਦੀ ਦਾ ਰੰਗ ਕੁਰਬਾਨੀ ਦੇ ਜਜ਼ਬੇ ਦਾ ਰੰਗ ਉਹਨਾਂ ਨੇ ਬਹੁਤ ਤਕੜੇ ਤਰੀਕੇ ਨਾਲ ਗਾਇਆ ਔਰ ਇੱਕ ਗੱਲ ਹੁੰਦੀ ਸੀ ਕਿ ਸ਼ੁਰੂ ਕਰ ਲੈਂਦੇ ਸੀ ਇੱਕ ਪ੍ਰਸੰਗ ਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਇੱਕੋ ਹੀ ਉਹਦੇ ਉੱਤੇ ਐਨ ਗਾਉਣਾ ਫਿਰ ਅਖੀਰ ਪਿੰਨ ਡਰੋਪ ਸਾਇਲੈਂਸ ਹੁੰਦੀ ਸੀ ਲੋਕਾਂ ਦੀ ਔਰ ਫਿਰ ਪੂਰਾ ਉਹਦਾ ਨਤੀਜਾ ਕੱਢ ਕੇ ਅਖੀਰ ਚੱਕ ਪੂਰਨ ਸ਼ੁਰੂ ਕੀਤਾ ਤਾਂ ਸ਼ੁਰੂ ਤੋਂ ਲੈ ਕੇ ਪੂਰਨ ਹੀ ਦਹੂਦ ਸ਼ੁਰੂ ਕੀਤਾ ਤਾਂ ਦਹੂਦ ਹੀ ਕੌਲਾਂ ਸ਼ੁਰੂ ਕੀਤੀ ਤਾਂ ਕੌਲਾਂ ਹੀ ਸਰੁਸ਼ਤੀ ਸ਼ੁਰੂ ਕੀਤੀ ਤਾਂ ਸਰੁਸ਼ਤੀ ਔਰ ਸ਼ਹੀਦ ਭਗਤ ਸਿੰਘ ਬੜਾ ਗਾਇਆ ਇਹਨਾਂ ਨੇ ਲਿਖਿਆ ਬੜਾ ਵਧੀਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰ ਉਹਨੂੰ ਗਾਇਆ ਵੀ ਅਸੀਂ ਰੱਜ ਕੇ ਹੈ ਔਰ ਝੂਠਕੀ ਬਣਾਉਣਾ ਉਹ ਤੋਂ ਰੁਪਈਏ ਬਥੇਰੇ ਕਮਾਏ ਹੈ ਔਰ ਅਸੀਂ ਖੈਰ ਉਸ ਸ਼ਹੀਦ ਭਗਤ ਸਿੰਘ ਦੀ ਘੋੜੀ ਦੀਆਂ ਚਾਰ ਲਾਈਨਾਂ ਅਤੇ ਫਿਰ ਇੱਕ ਮਿਰਜ਼ੇ ਦੀ ਕਵਿਤਾ ਕਹਿ ਕੇ ਸਮਾਪਤ ਕਰਾਂਗੇ ਆਵੋ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨਹੀਂ ਇਹਦੀ ਮੇਰੇ ਖਿਆਲ ਕਿਸੇ ਵਜ਼ਾਹਤ ਦੀ ਲੋੜ ਨਹੀਂ ਇਸ ਕਵਿਤਾ ਨੂੰ ਬਾਪੂ ਜੀ ਦੀ ਕਵਿਤਾ 'ਚ ਪਾਰਸ ਸਾਹਿਬ ਦੀ ਇੱਕ ਹੋਰ ਗੁਣ ਹੈ ਇੱਕ ਤਾਂ ਇਹ ਦੇਖੋਗੇ ਤੁਸੀਂ ਕਿ ਗੱਲ ਦੇ ਵਿੱਚੋਂ ਗੱਲ ਨਿਕਲੂਗੀ ਪਹਿਲੀ ਜਿਹੜੀ ਪੰਕਤੀ ਹੈ ਨਾ ਸਾਨੂੰ ਚੇਤੇ ਕਰਨੀ ਤਾਂ ਸੌਖੀ ਰਹਿੰਦੀ ਸੀ ਇਕਬਾਲ ਜੀ ਰਮਤਾ ਸਾਹਿਬ ਕਿ ਪਹਿਲੀ ਗੱਲ ਜਿਹੜੀ ਅਗਲੀ ਪੰਕਤੀ ਆ ਉਹਦੀ ਪੂਰਕ ਹੁੰਦੀ ਸੀ ਆਪਣੇ ਆਪ ਹੀ ਯਾਦ ਆ ਜਾਂਦੀ ਸੀ ਤੀਜੀ ਉਦੋਂ ਕਿ ਜਾਣੀ ਇਸ ਤਰ੍ਹਾਂ ਇੱਕ ਚੇਨ ਚੱਲਦੀ ਸੀ ਔਰ ਇੱਕ ਗੱਲ ਪਾਰਸ ਸਾਹਿਬ ਦੀ ਕਵਿਤਾ ਲੋਕਾਂ ਦੀ ਜ਼ਿੰਦਗੀ ਦੇ ਬੜੇ ਨੇੜੀ ਹੈ ਹਰ ਗੱਲ ਉਹ ਜਿਵੇਂ ਰੇਤੇ ਵਿੱਚ ਕਣੀਆਂ
ਆਪਦਾ ਥਾਂ ਬਣਾਉਂਦੀਆਂ ਜਾਂਦੀਆਂ। ਇਸ ਤਰ੍ਹਾਂ ਇਹਨਾਂ ਦੀ ਕਵਿਤਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਂਦੀ ਸੀ। ਔਰ ਫਿਰ ਉਸ ਕਵਿਤਾ ਨੂੰ ਸ਼ਬਦਾਂ ਨਾਲ, ਜਿਵੇਂ ਪਾਰਸ ਸਾਹਿਬ ਦੀ ਪੰਕਤੀਆਂ ਨੇ, ਗਲੀ ਗਲੀ ਦੇ ਵਿੱਚ ਰਣਜੀਤ ਗੂੰਜੇ ਅਤੇ ਉਹਦੇ ਸ਼ਬਦਾਂ ਦੇ ਵਿੱਚ ਕਰਨੈਲ ਬੋਲੇ। ਔਰ ਇਹ ਕਵੀਸ਼ਰੀ ਦੀ ਗੱਡੀ ਦੇ ਦੋ ਪਹੀਏ, ਇਹਨਾਂ ਨੇ ਬੜਾ ਮੇਲਾ ਲੁੱਟਿਆ। ਔਰ ਵਾਕਈ ਮੈਨੂੰ ਆਪ ਵੇਖਣ ਦਾ ਮੌਕਾ ਮਿਲਿਆ ਕਿ ਬੋਤਿਆਂ ਉੱਤੇ, ਗੱਡਿਆਂ ਉੱਤੇ, ਟਰੈਕਟਰ ਟਰਾਲੀਆਂ ਤਾਂ ਹੁਣ ਚੱਲੀਆਂ ਥੋੜ੍ਹਾ ਚਿਰ ਪਹਿਲਾਂ, ਸਾਈਕਲਾਂ ਉੱਤੇ, ਤੁਰ ਕੇ ਘੋੜਿਆਂ 'ਤੇ ਲੋਕ ਦੂਰੋਂ ਦੂਰੋਂ, ਦਸਾਂ ਦਸਾਂ ਪੰਦਰਾਂ ਪੰਦਰਾਂ ਪਿੰਡਾਂ 'ਚ ਪਤਾ ਲੱਗ ਜਾਂਦਾ ਹੁੰਦਾ ਸੀ ਵਿੱਚ ਕਰਨੈਲ ਸਿੰਘ ਰਾਮੂਵਾਲੇ ਦੇ, ਰਣਜੀਤ ਸਿੰਘ ਸਿੱਧਵਾਲੇ ਨੇ ਆਉਣਾ ਫਲਾਣੇ ਥਾਂ। ਸੋ ਚੰਦ ਸਿੰਘ ਜੱਡੀ ਨੇ ਬੜਾ ਲੰਬਾ ਸਮਾਂ ਇਹਨਾਂ ਦਾ ਸਾਥ ਦਿੱਤਾ। ਸੋ ਮੈਨੂੰ ਖੁਸ਼ੀ ਹੈ ਕਿ ਆਪਾਂ ਇਹਨਾਂ ਬਜ਼ੁਰਗਾਂ ਨੂੰ ਯਾਦ, ਸਾਰਿਆਂ ਨੂੰ ਇੱਜ਼ਤ ਦੇ ਰਹੇ ਹਾਂ। ਕਵਿਤਾ ਬੜੀ ਪਿਆਰੀ ਹੈ, ਆਵੋ ਭੈਣੋ ਰਲ ਮਿਲਗਾਈਏ ਭਗਤ ਸਿੰਘ ਦੀ ਘੋੜੀ ਨੀ, ਨਾਲੇ ਤਾਂ ਭੈਣ ਭਰਾ ਦਾ ਪਿਆਰ ਹੈ ਇਹਦੇ ਵਿੱਚ। ਨਾਲੇ ਉਹ ਭੈਣ ਕਹਿੰਦੀ ਹੈ ਮੇਰਾ ਵੀਰ ਮੋਇਆ ਨਹੀਂ, ਉਹ ਤਾਂ ਦੇਸ਼ ਦੀ ਆਜ਼ਾਦੀ ਮੇਮ ਨੂੰ ਵਿਹੁਣ ਗਿਆ। ਤੇ ਜਦੋਂ ਕਿਸੇ ਨਵੀਂ ਆਈ ਕੁੜੀ ਵਿਹੋਲੀ ਦਾ ਘੁੰਡ ਚੁਕਾਈ, ਆਮ ਪੈਸੇ ਦਿੱਤੇ ਜਾਂਦੇ ਆ ਪਰ ਮੇਰੇ ਭਰਾ ਨੇ ਆਜ਼ਾਦੀ ਮੁਕਤੀ ਦਾ ਘੁੰਡ ਚੁਕਾਈ, ਪੈਸੇ ਨਹੀਂ ਮੋਮੀ ਸਾਹਿਬ ਆਪਣਾ ਸਿਰ ਦੇ ਦਿੱਤਾ। ਇਹ ਪਾਰਸ ਸਾਹਿਬ ਨੇ ਲਿਖਿਆ, ਬੜੀ ਪਿਆਰੀ ਗੱਲ ਹੈ। ਆਵੋ ਭੈਣੋ ਰਲ ਮਿਲਗਾਈ, ਨੀ ਫੁੱਲ ਬਰਾਓ ਸੱਦੇ ਉੱਤੇ ਬੱਦੇ ਸੋਹਣੇ ਚੀਰੇ ਦੇ, ਨੀ ਛੱਡੋ ਪਰੇ ਗਮਾਂ ਦੀਆਂ ਗੱਲਾਂ ਤੇ ਸ਼ਗਨ ਮਨਾਈਏ ਵੀਰੇ ਦੇ, ਜਗਾ ਤੇਲ ਦੀ ਦੀਪ ਚ ਜਿਸਨੇ ਆਪਣੀ ਰਤ ਨਿਚੋੜੀ ਨੀ, ਆਵੋ ਭੈਣੋ ਰਲ ਮਿਲਗਾਈਏ ਭਗਤ ਸਿੰਘ ਦੀ ਘੋੜੀ ਨੀ, ਬਿੱਛੂ ਬਣੇ ਬਿੱਛੂ ਬਣੇ ਗਲੋਚੇ ਲੱਗਿਆ ਅੜਿਓ, ਬਿੱਛੂ ਬਣੇ ਗਲੋਚੇ ਲੱਗਣ ਪੂਣੀਆਂ ਕਾਲੀਆਂ ਲਾਗਣੀਆਂ, ਚੀਕਣ ਫੱਟ ਕੁਝ ਕਰਲਾਪੇ ਦੇ ਗੁੱਡੀਆਂ ਰੋਣ ਪਾਗਣੀਆਂ, ਕੱਤਣ ਤੁੰਬਣ ਲੂ ਨਾ ਕਰਦਾ ਹੈ ਚਿੱਤ ਚੰਦਰਾ ਘੋੜੀ ਨੀ, ਆਵੋ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਇੱਕ ਮਾਤਾ ਦੇ ਪੇਟ ਪਵਿੱਤਰ ਚੋਂ ਨਾ ਮੁੜ ਕੇ ਜੰਮੀ ਦਾ, ਜਾ ਸਹੁਰਿਆਂ ਦਾ ਵਾਸੀ ਹੋਇਆ ਤੇ ਜਾਇਆ ਮੇਰੀ ਅੰਮੀ ਦਾ, ਅਸਵਾਰ ਨੇ ਵਤਨਾ ਵੱਲੀ ਵਾਗ ਕਦੇ ਨਾ ਮੋੜੀ ਨੀ, ਆਵੋ ਭੈਣੋ ਰਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਵੀਰ ਵਿਛੋੜਾ ਮੁਖੀ ਤੀਰ ਦੀ ਅੜੀਓ, ਵੀਰ ਵਿਛੋੜਾ ਮੁਖੀ ਤੀਰ ਦੀ ਦਿਲ ਪੈਣਾ ਦਾ ਛੇਕੇ ਨੀ, ਬਾਜ ਭਰਾਵਾਂ ਸੁਣੇ ਲੱਗਦੇ ਤੇ ਵਸਦੇ ਰਸਦੇ ਪੇਕੇ ਨੀ, ਇੰਜ ਤੜਪਦੀਆਂ ਰਹਿਣ ਤੱਤੜੀਆਂ ਜਿਉਂ ਜ਼ਮੀਨ ਵਿਛੋੜੀ ਨੀ, ਆਵੋ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ, ਧੀ ਵਾਲਿਆਂ ਤੋਂ ਲੈ ਖੁਸ਼ਖਬਰੀ, ਧੀ ਵਾਲਿਆਂ ਤੋਂ ਲੈ ਖੁਸ਼ਖਬਰੀ ਸਾਡੇ ਲਾਗੀ ਆਇਆ ਨੀ, ਆਖੋ ਬਾਬਲ ਕਿਸ਼ਨ ਸਿੰਘ ਨੂੰ ਦਿਨ ਪੰਡ ਬਾਗੀ ਆਇਆ ਨੀ, ਦੇਸ਼ ਭਗਤ ਚਾਚੇ ਨਾ ਪਾਵਣ ਕੁੜਮਾ ਨਾਲ ਮਰੋੜੀ ਨੀ, ਆਵੋ ਭੈਣੋ ਰਾਮ ਲਗਾਈਏ ਭਗਤ ਸਿੰਘ ਦੀ ਘੋੜੀ ਨੀ, ਪਾਸ ਦੀ ਵੱਟੀ ਤੋਂ ਮਹਿੰਗੀ, ਪਾਸ ਦੀ ਵੱਟੀ ਤੋਂ ਮਹਿੰਗੀ ਕੀਤਾ ਜਿਸਨੇ ਦਮੜੀ ਨੂੰ, ਜਿਸਦੇ ਘਰ ਚ ਸਮਾਗਮ ਏਡਾ ਹੁਣ ਦਿਓ ਵਧਾਈਆਂ ਅਮੜੀ ਨੂੰ, ਗੀਤ ਵਧਾਈਆਂ ਦੇਗਾ ਮੰਗੋ ਗੁੜ ਦੀ ਰੋੜੀ ਰੋੜੀ ਨੀ, ਆਵੋ ਭੈਣੋ ਰਲ ਮਿਲ ਗਾਈਏ